31 ਦਸੰਬਰ ਨੂੰ ਪੋਰਬੰਦਰ ਕੋਲ 26 ਪਾਕਿਸਤਾਨੀ ਬੋਟ ਬਲਾਸਟ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। ਅੰਗਰੇਜ਼ੀ ਅਖਬਾਰ ਦਾ ਇੰਡੀਅਨ ਐਕਸਪ੍ਰੈਸ ਦੀ ਖਬਰ ਮੁਤਾਬਕ ਕੋਸਟ ਗਾਰਡ ਬੀਕੇ ਲੋਸ਼ਾਲੀ ਨੇ ਦੱਸਿਆ ਹੈ ਕਿ ਉਹਨਾਂ ਦੇ ਹੁਕਮ ਤੇ ਹੀ ਕਿਸ਼ਤੀ ਵਿੱਚ ਬਲਾਸਟ ਕੀਤਾ ਗਿਆ, ਯਾਨੀ ਉਸ ਸ਼ੱਕੀ ਬੋਟ ਨੂੰ ਖੁਦ ਤੇ ਉਸਦੇ ਸਵਾਰ ਪਾਕਿਸਤਾਨੀ ਅੱਤਵਾਦੀਆਂ ਨੇ ਨਹੀਂ ਸਗੋਂ ਭਾਰਤ ਨੇ ਉਡਾਇਆ ਸੀ। ਹਾਲੇ ਤੱਕ ਇਸ ਮਾਮਲੇ 'ਤੇ ਕੋਸਟ ਗਾਰਡ ਅਤੇ ਰੱਖਿਆ ਮੰਤਰਾਲੇ ਤੋਂ ਲੈ ਕਿ ਖੁਦ ਰੱਖਿਆ ਮੰਤਰੀ ਮਨੋਹਰ ਪਾਰੀਕਰ ਕਹਿ ਰਹੇ ਸਨ ਕਿ ਬੋਟ 'ਤੇ ਸਵਾਰ ਸ਼ੱਕੀ ਅੱਤਵਾਦੀਆਂ ਨੇ ਸਬੂਤ ਮਿਟਾਉਣ ਲਈ ਖੁਦ ਬੋਟ ਨੂੰ ਅੱਗ ਲਗਾਈ ਸੀ। ਹਾਲਾਂਕਿ ਸਰਕਾਰ ਨੇ ਇਸ ਖਬਰ ਦਾ ਖੰਡਨ ਕੀਤਾ ਹੈ। DIG ਲੋਸ਼ਾਲੀ ਦੇ ਮੁਤਾਬਕ ਉਹਨਾਂ ਅਜਿਹਾ ਕੋਈ ਬਿਆਨ ਨਹੀਂ ਦਿੱਤਾ ਕਿ ਕੋਸਟ ਗਾਰਡ ਨੇ ਹੀ ਪਾਕਿਸਤਾਨੀ ਬੋਟ ਨੂੰ ਧਮਾਕੇ ਵਿੱਚ ਉਡਾਇਆ ਸੀ। ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ, ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।